सुनी कि सोना गाना केसरिया कि तुमसे लागे नैन नैन रे तुमसे। अच्छा तेन गाने की पै गई है ते उन्हां दा की करना मशेरे दा? मशेरे यार सुनी वो बशेरे पे ने वो बहुत ने हले तो काफ़ी ने। सुनी यार मैं तेन गल दसा मेरा एक यार है यार मेरा दिल करन डिया कानूनी कट्टन डिया वा। कहड़ा पहले वाल कटदा सी? सुनी कानूनी कानूनी कट रहा वा कैंची ना कटदा पा कुछ तरह ना कटदा। ओ यार सुनी वो इंज करके रखदा कानूनी उतो दुरमट मारदा कलोनी कट दिंदा वा। ओ भाजी कलोनी कटन डिया वा उहने ना मैनूं कहा वा कि 2000 रुपया मरला। अच्छा मैं एक तैनूं गल दस्सां जदों कलोनी कटनी होवे ना उनके एडी एडी कटे क्योंकि वड्डी कलोनी कटी होवे छेती गलदी नहीं। छोटी छोटी कलोनी होवे थोड़े जिहे आलू पाए होण ते इस किस्म दी तैयार हुंदी आ उत्तों रायता वैरी गुड हो जांदा। सोहणी मेरी गल सुण टोटा चौल नहीं हैगे कलोनी आ मैं तैनूं कहण डिया वा। उन्हें ना मैंने कहा 2000 मरले देना तो मैं तेन जगह दे देना वा कहना 5 मरला मेरे को ला ला 2000 मरला फी मरला तेरी किस्त वा तो मैं रुपया 500 दे तो मैं तेन जगह दे देना किथे म्याणी साहब और उधर तेन फायदा भी बहुत आ। तू सियाणी म्याणी गल कर कुछ तू किहो जी गल करन डिया मैं सुणी मैं तेन फायदा बहुत है फरीद केडी डोंगी कर देनी कोई तो नेरी आवे तेन प्रॉब्लम कोई ना बने देख ना बंदा भूए बारियां ठा ठा करदियां आवाज उहदा रौला भी कोई नहीं नेरी आवे तेरा कम तू ते हल्का जिहा उत्ते फटा दे लेना ते कम परे। जे अज मेरा वीर मेरा भरा ਮੈਨੂੰ ਆਪਣੇ ਪੱਲਿਓ ਚਾਹ ਪਿਆਵੇ ਹੈਂ ਚਾਹ ਤੇਰੀ ਆਖਰੀ ਚਾਹ ਯਾਰ ਚਾਹ ਮਗਰੋਂ ਲੱਥ ਜਾ। ਚਲੋ ਜੀ ਚਾਹ ਮੈਂ ਪਾ ਦਿੰਦਾ ਹਾਂ ਬਿਸਕੁਟ ਤੂੰ ਮਗਾ ਲਈ। ਹਾਂ ਕਰ ਗੱਲ ਜੇ ਤੂੰ ਮੇਰੇ ਕੋਲ ਰਹਿਣੀ ਫਿਰ ਰਾਜ਼ੀ ਵੀ ਰਹਿਣੀ ਮਤਲਬ ਇਹ ਕਿਹੜੀ ਗੱਲ ਹੋਈ ਮੈਂ ਬਿਸਕੁਟ ਮੰਗਾਣੇ ਚਾਹ ਜਦੋਂ ਤੂੰ ਪਿਆਉਣੀ ਹੈ ਤਾਂ ਤੂੰ ਬਿਸਕੁਟ ਵੀ ਮੰਗਾ ਲਈ। ਜਿਹਨੇ ਕਿ ਦੋਵੇਂ ਸ਼ੈਵਾਂ ਮੈਂ ਕਰਾਂ ਹਾਂ ਤੇ ਤੇਰੀ ਕਮੇਟੀ ਆਈ ਹੈ ਕਮੇਟੀ ਮੇਰੀ ਕਮੇਟੀ ਵਾਲੇ ਆਏ ਸੀ ਉਹ ਫੱਟਾ ਚੁੱਕਣ ਆਏ ਸੀ ਵੀਰੇ ਫੱਟਾ ਚੁੱਕਣਾ ਸੀ ਹਾਂ ਤੇਰਾ ਫੱਟਾ ਚੌਕੀ ਦੇਣ ਤੇ ਚੰਗੀ ਗੱਲ। ਅੱਛਾ ਮੈਨੂੰ ਇਹ ਦੱਸ ਹਾਂ ਉਹ ਜਿਹੜੇ ਮਸ਼ੀਨਦਾਰ ਹੋਏ ਉਹਨਾਂ ਦਾ ਕੀ ਕਰਨਾ ਹੁਣ? ਮੇਰਾ ਵੀਰ ਜਦੋਂ ਕੰਮ ਨਹੀਂ ਕਰਨਾ ਹੈਗਾ ਕੰਮ ਤੋਂ ਭੱਜਣਾ ਵੇਖਣਾ ਵੀ ਸਾਨੂੰ ਕਿਤੇ ਕੰਮ ਨਾ ਹੀ ਕਵੇ ਕੋਈ ਮੌਤ ਹੀ ਪੈ ਜਾਵੇ ਉਦੋਂ ਭਾਵੇਂ ਨਾ ਇੱਦਾਂ ਹੀ ਕੰਮ ਕਰਨਾ। ਹੁਣ ਵੇ ਦੋਵੇਂ ਜਣੇ ਚਾਹ ਲਾ ਕੇ ਖਲੋਤੇ ਆ ਤੋਬਾ ਵੇ ਉੱਧਰ ਵੇ ਦੋਵਾਂ ਲਵੇ ਧਿਆਨ ਕਰੀ ਉੱਧਰ ਮੇਰੀ ਗੱਲ ਸੁਣ। ਉਹਨਾਂ ਨੂੰ ਪੁੱਛਦੇ ਆ ਜਾ ਕੇ ਤੇ ਉਹਨਾਂ ਦੀ ਮਿੰਤ ਵੀ ਕਰਦੇ ਮਨਾਉਂਦੇ ਉਹਨਾਂ ਨੂੰ ਵੀ ਤੁਹਾਡੀ ਮਿਹਰਬਾਨੀ ਤੁਹਾਡੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ। ਹਾਂ ਮਿੱਠਾ ਚਾਹ ਬੁਰੀ ਉਹ ਠਹਿਰ ਜਦਰਾ ਲਓ ਜੀ ਨਾਜ਼ਰੀ ਦੋ ਮੈਂਬਰ ਸਾਡੀ ਟੀਮ ਦੇ ਬੜੇ ਅਹਿਮ ਰੁਕਾ ਨਾ ਤੁਹਾਨੂੰ ਉਹਨਾਂ ਨਾਲ ਮੈਂ ਮੁਲਾਕਾਤ ਕਰਾਉਣਾ ਤੇ ਰੁੱਸ ਗਏ ਸਾਡੇ ਤੋਂ। ਹਾਂ ਤੋ ਉਹਨਾਂ ਨੇ ਕਹਿੰਦੇ ਜੀ ਅਸੀਂ ਇਹ ਕੰਮ ਹੀ ਨਹੀਂ ਕਰਨਾ ਫੀਲਡ ਛੱਡਤੀ ਆ ਇਹ ਦੋ ਰੁਕਣਾ ਤੇ ਰੁਕਣ ਨਹੀਂ ਡੇ ਕਿਤੇ ਵੀ ਕਿਤੇ ਵੀ ਨਹੀਂ। ਤੁਹਾਡੀ ਮਿਹਰਬਾਨੀ ਅੱਜ ਜ਼ਰਾ ਤੁਸੀਂ ਇਹਨਾਂ ਦਾ ਹਿਸਾਬ ਲਾ ਲਓ ਇਹਨਾਂ ਨੂੰ ਇਹੋ ਹੀ ਕੰਮ ਚਾਹੀਦਾ ਕਰਨਾ ਜਾਂ ਇਹਨਾਂ ਨੂੰ ਸਾਡੇ ਨਾਲ ਚਾਹੀਦਾ ਇਹਨਾਂ ਨੇ ਆਪਣੇ ਆ ਨਾ ਆਉਣ ਦੀ ਵਜ੍ਹਾ ਤੋਂ ਲੇਟ ਆਉਣ ਦੀ ਵਜ੍ਹਾ ਤੋਂ ਆਪਣਾ ਆਪ ਗਵਾ ਲਿਆ ਤੇ ਵੇਖੋ ਕਿੱਥੇ ਜਾ ਕੇ ਅੱਜ ਬੈਠੇ ਨੇ। ਚਲਾ ਸੁਣੀ ਇਹਨਾਂ ਕੋ ਚਾਹ ਪੀਨੇ ਅਸੀਂ ਮਨਾਉਣ ਚੱਲੇ ਇਹਨਾਂ ਨੂੰ ਨਾਲੇ ਇਹਨਾਂ ਦੀ ਪੀਨੇ ਚਾਹ ਤੇ ਤੁਹਾਨੂੰ ਦੱਸਦੇ ਆ ਵੀ ਜ਼ੈਕਾ ਚਾਹ ਦਾ ਕੈਸਾ ਵਾ ਇਹ ਮੈਨੂੰ ਵੀ ਨਹੀਂ ਪਤਾ ਕੈਸਾ ਵਾ ਤੇ ਨਾ ਇਹਦੀ ਜੇਬ 'ਚ ਕੋਈ ਪੈਸਾ ਵਾ। ਮੌਸਮ ਅੱਛਾ ਆਈਸਕ੍ਰੀਮ ਹੀ ਖਾ ਲਈਏ ਮੈਂ ਤੇ ਕਹਿੰਦਾ ਆਈਸਕ੍ਰੀਮ ਹੀ ਲੈ ਦੇ ਯਾਰ ਤੂੰ ਆਈਸਕ੍ਰੀਮ ਨਾ ਖਾ ਤੂੰ ਆਪਣੇ ਤਾਏ ਦੀ ਸਹੁੰ ਖਾ ਤੇ ਐਨ ਹੋ ਜਾ ਆ ਜਾ ਮੇਰੇ ਨਾਲ ਕੇਸਰੀਆ। ਲੋ ਉੜ ਜਾ ਯਾਰ ਮਿੱਠੇ ਤੂੰ ਕੀ ਨੇਸਤੀ ਪਈ ਸਵੇਰੇ ਸਵੇਰੇ ਦੁਕਾਨ ਤੇ ਹਾਂ ਉੱਠ ਪੈ ਯਾਰ ਉੱਠ ਪੈ ਉੱਠ ਪੈ ਉੱਠ ਪੈ ਤੈਨੂੰ ਉੱਠ ਪੈ ਕੀ ਤੇਰੇ ਕੋਲ ਡੀਸੀ ਝੰਗ ਚਾਹ ਚਾਹ ਲੈਣ ਆ ਕੇ ਬੜੀਆਂ ਲੈਣਾਂ ਲੱਗੀਆਂ ਵਾ ਚਾਹ ਲੈਣ ਆ ਰਹੇ ਆ ਤਮੀਜ਼ ਨਹੀਂ ਹੈਗਾ ਤਮੀਜ਼ ਨਹੀਂ ਪੈਂਟ ਕੋਟ ਪਾ ਕੇ ਅੱਜ ਆਵਾਜ਼ ਘਟਾ ਮੈਨੂੰ ਅੱਖ ਲਾਉਣ ਦੇ ਭੋਰਾ ਤੈਨੂੰ ਕਿੰਨੀ ਵਾਰੀ ਕਿਹਾ ਸਵੇਰੇ ਸਵੇਰੇ ਆ ਕੇ ਇੱਥੇ ਅਗਰਬੱਤੀਆਂ ਲਾ ਤਰੋਕਾ ਲਾ ਤੂੰ ਕੁਆਲੀਆਂ ਕਬੂਲੀਆਂ ਲਾ ਲੈ ਕੁਆਲੀਆਂ ਕਬੂਲੀ ਮੈਂ ਤਾਂ ਮਗਰਬੱਤੀਆਂ ਵੀ ਲਾਈਆਂ ਵੇਖ ਤਾਂ ਕਿੰਨੀਆਂ ਲੱਗੀਆਂ ਪਿੱਛੇ ਮਿੱਠੇ ਇੰਜ ਕਾਰੋਬਾਰ ਨਹੀਂ ਹੁੰਦੇ ਮੈਂ ਤੈਨੂੰ ਕਹਿਣ ਆ ਚੱਲ ਉੱਠ ਯਾਰ ਕੀ ਯਾਰ ਉੱਠ ਪਾ ਤੂੰ ਇੱਥੇ ਬੈਠਾ ਚਿੱਬ ਪੈ ਜਾਣੇ ਆ ਨਵਾਂ ਫਰੀਜ਼ਰ ਆ ਚੱਲ ਉੱਠ ਯਾਰ ਮੈਂ ਪੈਸੇ ਨਹੀਂ ਪਾਏ ਕੰਮ 'ਚ ਹਜੇ ਪੈਸੇ ਦੇਣੇ ਵੀ ਆ ਉਹਨਾਂ ਦੇ ਤੈਨੂੰ ਦੇਣਾ ਕੋਈ ਨਹੀਂ ਅੱਲਾ ਮਾਰੂ ਇੱਕ ਦਿਨ 'ਚ ਇਸੇ ਘੰਟੇ 'ਚ ਦੇਣੇ ਸਾਰੇ ਪੈਸੇ ਐਡਮਾ ਕਰੀ ਮੇਰੇ ਗੱਲ ਸੁਣ ਉਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਤੂੰ ਮੇਰਾ 50% ਦਾ ਕਾਹਦਾ ਪਾਰਟਨਰ ਹੈ ਹੈ ਰੁਪਈਆ 30,000 ਰੁਪਈਆ ਉਹਨਾਂ ਨੇ ਮੰਗਿਆ ਹੈ 22,000 ਰੁਪਈਆ ਮੈਂ ਦਿੱਤਾ ਤੂੰ 50% ਦਾ ਪਾਰਟਨਰ ਬਣ ਕੇ ਬਹਿ ਗਿਆ 30,000 ਟੋਟਲ ਦਿੱਤਾ ਨਾ ਹਾਂ 22 ਤੁਸੀਂ ਦਿੱਤਾ ਬਾਈ ਮੈਂ ਦਿੱਤਾ 8 ਮੈਂ ਦਿੱਤਾ ਆਹੋ ਕਿੰਨਾ ਹੋ ਗਿਆ 22 ਤੇ 8 30 ਹੋ ਗਿਆ ਦੋਵਾਂ ਨੇ ਇਕੱਠਾ ਹੀ ਦਿੱਤਾ ਨਾ ਆਪਾਂ ਆਹੋ ਆ ਤੇ 50% ਨਹੀਂ ਹੋ ਗਿਆ ਆਪਾਂ ਪਾਰਟਨਰਸ਼ਿਪ ਆ ਗੱਲ ਮੇਰੇ ਜ਼ਿਹਨ ਚ ਆਣ ਹੀ ਨਹੀਂ ਸੀ ਰਹੀ ਯਾਰ ਨਹੀਂ ਐਵੇਂ ਪੈਣੇ ਦੇ ਲੋਕ ਪਾਗਲ ਹੋਣੇ ਮੈਨੂੰ ਪੁੱਛ ਲੋ ਕਹੇ 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 ਇੱਕ ਗੱਲ ਜ਼ਿਹਨ ਚ ਰੱਖੀ ਦਫ਼ਤਰ ਦੇ ਮੁਤਲਕਾ ਬੰਦਾ ਕੋਈ ਵੀ ਨਾ ਆਵੇ ਨਾ ਮਿੱਠਾ ਆਵੇ ਨਾ ਸੋਹਣੀ ਆਵੇ ਨਾ ਫਰੀਦ ਆਵੇ ਨਾ ਗੜਗੀਲਾ ਆਵੇ ਤੇ ਨਾ ਉਸਤਾਦ ਹੋਰੀ ਯਾਰ ਇੱਥੇ ਠੀਕ ਆ ਨਾ ਉਸਤਾਦ ਜੀ ਨਹੀਂ ਆਉਣ ਕੋਈ ਵੀ ਨਾ ਆਵੇ ਇੱਥੇ ਯਾਰ ਠੀਕ ਆ ਨਾ ਅਸੀਂ ਆਪਣਾ ਕਾਰੋਬਾਰ ਕਰਦਾ ਪਏ ਆ ਜਾਣਦੇ ਉਸਤਾਦ ਜੀ ਨੂੰ ਇਦਾਂ ਨਾ ਕਰ ਜਿਹੜਾ 8,000 ਤੁਹਾਨੂੰ ਦਿੱਤਾ ਭਲਾ ਕਿਹਨੇ ਦਿੱਤਾ ਵਾ ਕਿਹਨੇ ਉਹ ਮੇਰੇ ਅੱਬੂ ਨੇ ਦਿੱਤਾ ਸੀ ਮੈਨੂੰ 11 ਨੂੰ ਜੋੜ ਕੇ ਰੱਖਿਆ ਸੀ ਤੇ ਉਸਤਾਦ ਜੀ ਕਿਉਂ ਨਾ ਤੁਹਾਨੂੰ ਦੱਸਿਆ ਹੀ ਨਹੀਂ ਹੈਗਾ ਯਾਰ
ਚੱਲ ਉਸਤਾਦ ਜੀ ਆ ਜਾਣਗੇ, ਉਸਤਾਦ ਜੀ ਨੂੰ ਅਸੀਂ ਉਸਤਾਦ ਜੀ ਜਿੱਥੇ ਨਾ ਆਉਣ ਅਸੀਂ ਉਹਨਾਂ ਨੂੰ ਆਪ ਚਾਹ ਬਣਾ ਕੇ ਦੇ ਆਇਆ ਕਰਾਂਗੇ। ਠੀਕ ਹੈ ਮਿੱਠੇ ਚਾਹ ਦੇ ਇੱਕ ਚੱਪ ਚਾਹ ਦਾ ਬਣਾ ਕੇ ਨਾਲ ਮੈਨੂੰ ਬੰਦ ਮਗਾ ਦੇ। ਹੈ ਗਾਕੀ ਰਹਿਣ ਦਿੰਦੇ ਆ ਫਿਰ, ਹੈ ਕਸਟਮਰ ਰਹਿਣ ਦਿੰਦੇ ਆ। ਮਿੱਠੇ ਤੂੰ ਮੇਰਾ 50% ਤਾਂ ਪਾਰਟਨਰ ਹੈ ਨਾ, ਮਾਲਕ ਹੀ ਸਮਝ ਮੈਨੂੰ। ਆਹੋ ਤਾਂ ਤੂੰ ਆਰਾਮ ਕਰ, ਮੈਂ ਬਰਤਨ ਵੀ ਧੋ ਲੂੰਗਾ, ਮੈਂ ਚਾਵਾਂ ਵੀ ਆਪ ਹੀ ਦੇ ਆਊਂਗਾ, ਮੈਂ ਚੀਨੀ ਪੱਤੀ ਵੀ ਆਪ ਹੀ ਲਾਇਆ ਕਰਾਂਗਾ। ਠੀਕ ਹੈ ਨਾ, ਲੈ ਇੰਨੀ ਕੁ ਗੱਲ ਸੀ ਮੇਰੇ ਸੀ, ਇੰਨੀ ਗੱਲ ਕੋਈ। ਚੱਲ ਉੱਠ ਕੇ ਪਾਣੀ ਤਰੋਂ, ਚੱਲ ਚਵਲਾ ਮਾਰਦਾ ਪਿਆ ਪਾਣੀ ਤਰੋਂ, ਉੱਥੇ ਅਗਰਬੱਤੀਆਂ ਲਾ ਸਾਰੇ ਉਹ ਬੰਦੇ ਨਾ ਇੱਥੇ। ਓਏ ਅਗਰਬੱਤੀਆਂ ਕੀ, ਕੁੱਤਾ ਮਰਿਆ ਇੱਥੇ ਅਗਰਬੱਤੀਆਂ ਕਦੋਂ ਲਾ ਦਵਾਂ। ਮਿੱਠੇ ਬਰਕਤ ਹੁੰਦੀ ਸਵੇਰੇ ਸਵੇਰੇ ਕਵਾਲੀਆਂ ਲਾ ਇੱਥੇ ਆ ਗਏ। ਕਵਾਲੀ ਕਦੋਂ ਲਾ, ਮੈਂ ਦੱਸਦੇ ਤੇਰੇ ਜਿੰਨ ਕੱਢਣੇ ਆ, ਕਵਾਲੀ ਕਾ ਦਰਬਾਰ ਹੈ, ਦਰਬਾਰ ਹੈ ਇਹਦੇ ਨਜਾਇਆ ਦੀ। ਫਰੀਦ ਸ਼ਾਹ ਦਾ ਤਾਂ ਕਹਿ ਕਿਸੇ ਨੂੰ, ਚੱਲ ਕੋਈ ਚਾਹ ਚੂ ਨੀ ਹੈਗੀ, ਆਪਣੀ ਸ਼ਕਲ ਵੇਖੀ ਆ। ਤੂੰ ਚੁੱਪ ਕਰ, ਦੇਖੀ ਚਾਹ ਆਉਂਦੀ। ਮਿੱਠੇ ਚਾਹ ਲੈ ਕੇ ਆਓ, ਚੱਲ ਕੰਮ ਕਰ, ਤੂੰ ਵੀ ਚੱਲ ਕੇ, ਚੱਲ ਦੌੜ ਜਾ। ਬੜਾ ਪ੍ਰੋਡਿਊਸਰ ਬਣਿਆ ਫਿਰਦਾ ਸੀਗਾ ਨਾ ਹੁਣ, ਅਦਬ ਤੇ ਆ ਨਾ, ਅਦਬ ਤੇ ਆ ਨਾ। ਇਦਾਂ ਕਿਹਾ ਤੁਹਾਨੂੰ ਉਹਨਾਂ ਨੇ, ਬੜੀ ਸੁਣੀ ਗਈ ਤੁਹਾਡੀ, ਬੜੀ ਸੁਣੀ ਗਈ। ਗੈਸ ਮੁੱਕ ਗਈ ਓ, ਹਾਲੇ ਹੋਰ ਤਾਂ ਉਹ ਸਿਲੰਡਰ ਭਰਾ ਕੇ ਲਿਆ ਤੇ ਹੁਣੀ ਮੁੱਕ ਗਈ। ਮੈਂ ਤੈਨੂੰ ਮਤਲਬ ਤੈਨੂੰ ਬਗਾਇਆ ਵੀ ਗੈਸ ਦੋ ਨੰਬਰ ਆਣ ਡਈ ਓ। ਹੋਰ ਵਰਕਸ਼ਾਪ ਲਾਈਏ ਨਾ, ਵਰਕਸ਼ਾਪ ਤੇ ਆ ਕੀ ਆ, ਤੂੰ ਮਾਰਾ, ਤੂੰ ਮਾਰਾ, ਉਹ ਬੰਦੇ ਨੂੰ ਭਲੇਖਾ ਲੱਗ ਵੀ ਜਾਂਦਾ ਵਾ। ਪ੍ਰੋਫੈਸਰ ਸਾਹਿਬ ਚਾਹ ਪਿਉਣੀ ਆ ਕਿ ਨਹੀਂ? ਨਹੀਂ ਨਹੀਂ, ਇੱਥੇ ਮੈਂ ਪੈਰੀ ਪੈ ਜਾਣਾ, ਮੈਂ ਤੁਹਾਨੂੰ ਦੱਸ ਦਿੱਤਾ ਵਾ ਮੇਰੇ ਕੋਲੋਂ ਬਚ ਜਾਵੋ। ਨਹੀਂ ਬੁਲਾਣੀ, ਕਸਮ ਨਹੀਂ ਬੁਲਾਣੀ ਤੁਹਾਨੂੰ। ਯਾਰ ਸੋਣੀ, ਇਹਨਾਂ ਨੇ ਕਿਹਾ ਅਸੀਂ ਪੈਸੇ ਦੇਵਾਂਗੇ, ਲਵ ਵਾਸਤੇ ਨਹੀਂ ਪੀਣ ਆਏ ਹੈਗੇ। ਮੇਰਾ ਕਾਰੋਬਾਰ ਡੁੱਬ ਜੇ ਤੁਹਾਨੂੰ ਨਹੀਂ ਬੁਲਾਣੀ। ਯਾਰ ਮੈਂ ਗੱਲ ਕਰਦਾ, ਤੈਨੂੰ ਮੈਂ ਕਿਹਾ ਵੀ ਆ ਨਾ ਮਿੱਠਾ ਆਵੇ ਨਾ ਸੋਹਣੀ ਆਵੇ। ਮੈਂ ਤਾਂ ਤੇਰੇ ਨਾਲ ਆ ਯਾਰ, ਪਾਗਲ ਹੋ ਗਏ ਇੱਟ ਵੱਜੀ ਤੇਰੇ। ਆਹੋ ਇਹਨਾਂ ਨੇ, ਤੈਨੂੰ ਪਤਾ ਹੀ ਆ ਕਿੰਨਾ ਤੰਗ ਕਰਦਾ। ਚਾਹ ਪੀ ਜਾ ਯਾਰ, ਤੈਨੂੰ ਕਹਿੰਦੇ ਆ ਤੇਰੀ। ਇੱਕ ਮਿੰਟ ਠਹਿਰ ਜੋ, ਤੂੰ ਪੀਣੀ ਆ? ਲੈ ਓਏ ਮਜ਼ਾਕ ਚਲਾਈਆਂ ਤੁਸੀਂ, ਆ ਤੇਰਾ ਭਾਂਡਾ, ਤੇਰਾ ਕੱਪ ਲਾ ਲਿਆ ਮੈਂ। ਨਹੀਂ ਚੱਲ ਪਾਗਲ ਹੋ ਗਿਆ, ਉਹਦੀ ਮਰਜ਼ੀ ਦਾ ਪੁੱਛ, ਕਿਹੜਾ ਬਰਤਨ ਤੇਰਾ ਉੱਥੇ, ਕਿਹੜਾ ਲੈਣਾ ਦੱਸ। ਉਹ ਮੈਂ ਤੁਹਾਨੂੰ ਪੈਸੇ ਦੇਣੇ, ਉਹ ਲਾਂਤੀ ਉਹ ਗੱਲ ਸੁਣੋ ਮੇਰੀ, ਤੇਰੇ ਕੋਲ ਪੈਸੇ ਕਿੱਥੋਂ ਆਏ? ਗਰਮੀ ਰੁਕਦੀ ਹੈ ਨਾ, ਘਰ ਦੇ ਪੱਖੇ ਲਵਾ ਕੇ ਟੰਗੋ ਉੱਥੇ। ਉਰੇ ਗੱਲ ਸੁਣੋ, ਤੇਰੀ ਬੜੀ ਸੜੇ ਕੇਕ ਵਰਗੀ ਸ਼ਕਲ ਆ, ਸਾਨੂੰ ਚਾਹ ਭੇਜ ਦੇ। ਮੈਂ ਪਾਣੀ ਪਦਲਾ ਤੇਰੇ ਤੇ, ਚੱਲ ਭੱਜ ਇੱਥੋਂ, ਚੱਲ ਚੱਲ ਭੱਜ ਇੱਥੋਂ। ਹਾਂ ਤੈਨੂੰ ਗਾਲਾਂ ਕੱਢਣ ਡਿਆ ਜੀ, ਮੈਂ ਉਹਨਾਂ ਕੋਲ ਲੈ ਕੇ ਆਉਣਾ ਆਰਡਰ ਤੇ ਕੋਈ ਨੀ, ਪੈਸੇ ਚਾਰ ਆਉਣਗੇ। ਮੈਂ ਪੁੱਛ ਲੈਣਾ, ਮੈਂ ਪਿਆਰ ਨਾਲ ਸੰਭਾਲ ਲਾ। ਚੱਲ ਤੂੰ ਇਹਨਾਂ ਕੋਲ ਆਰਡਰ ਲਾਇਆ, ਮੈਂ ਇਧਰੋਂ ਆਰਡਰ ਲੈ ਕੇ ਆਉਣਾ। ਠੀਕ ਆ ਨਾ, 50 ਦੇਣੀ ਆ, ਮੈਂ ਮਾਰ ਖਾਣੀ ਤੁਸੀਂ ਮੇਰੇ ਕੋਲ। ਤੇਰਾ ਕਿਸੇ ਬੱਕਰੀ ਦੇ ਝੋਲੇ ਵਰਗਾ ਮੂੰਹ, ਮੈਂ ਤੁਹਾਡੇ ਕੋਲ ਉਹੀ ਆਰਡਰ ਲੈਣਾ। ਤੁਸੀਂ ਤੇਰੀ ਗੱਲ ਸੁਣੋ, ਥੋੜੀ ਮੋਟਰਸਾਈਕਲ ਦੇ ਕਿੱਕ ਵਰਗੀ ਸ਼ਕਲ ਆ ਤੇਰੀ, ਮੈਂ ਕਹਿੰਦਾ ਮੈਨੂੰ ਚਾਹ ਭੇਜ। ਉਹ ਕਿੱਧਰ ਭਵਾਨ, ਇੱਕ ਮਿੰਟ ਠਹਿਰ। ਕੱਪ ਕਿੰਨੇ ਦਾ ਚਾਹ ਦਾ? ਕੱਪ ਚਾਹ ਦਾ ਹੈਗਾ 60 ਰੁਪਏ ਦਾ, ਤੁਸੀਂ ਮੈਨੂੰ ਦੇਣਾ 30-30 ਰੁਪਏ। ਉਹਨੂੰ ਨਾ ਦੱਸਿਓ ਮੈਂ ਤੁਹਾਨੂੰ 30 ਰੁਪਏ ਕੱਪ ਲਿਆਉਣਾ, ਕਿ ਤੁਸੀਂ ਪੈਸੇ ਮੈਨੂੰ ਫੜਾਉਣੇ। ਤੂੰ ਇਦਾਂ ਕਰ, ਡਿਸਪੋਜ਼ੇਬਲ ਚ ਲਿਆ ਦੇ 50-50 ਵਾਲੇ ਚ, ਸਾਨੂੰ 30-30 ਵਾਲੇ ਚ ਨਾ ਲਿਆ ਕੇ ਦੇ। ਕਿੰਨੀ ਕੁ ਦੇਰ ਹੋ ਗਈ ਚਾਹ ਪੀਤੇ ਆ ਭਰਾ ਨੂੰ? ਮੈਨੂੰ ਤਕਰੀਬਨ ਕੋਈ 1.5-2 ਸਾਲ। ਓਏ ਕਿਹੜੀ ਗੱਲ ਕਰਨ ਡਿਆ ਵਾ, ਓਏ ਡੇਲੀ ਪੀਂਦਾ, ਓਏ ਖੁਦਾ ਦੇ ਆ ਬੰਦੇ ਆ, ਡੇਲੀ ਪੀਂਦਾ, ਲੋਕ ਛੱਡਦੇ ਹੀ ਪੀਂਦਾ। ਤੁਸੀਂ 30-30 ਰੁਪਏ ਮੈਨੂੰ ਫੜਾ ਦਿਓ, 90 ਰੁਪਏ। ਮੈਂ ਤੁਹਾਨੂੰ ਚਾਹ ਲਿਆ ਦੇਣਾ, ਲੇਕਿਨ ਉਹਦੇ ਤੱਕ ਆਵਾਜ਼ ਨਾ ਜਾਵੇ, ਮੈਂ ਉਹਨੂੰ ਜਾ ਕੇ ਹੁਣ ਘਾਲੀ ਪਾਉਣਾ, ਤੁਸੀਂ 30 ਰੁਪਏ ਦਿਓ। ਉਹਦੀ ਇੱਕ ਸ਼ਰਤ ਆ, ਅਸੀਂ ਇਹਨੂੰ 30 ਰੁਪਏ ਫੜਾ ਦੇ ਜੇ ਦੁਕਾਨ ਛੱਡ ਕੇ ਦੌੜ ਗਿਆ ਫਿਰ। ਉਹ ਨਹੀਂ ਨਹੀਂ, 30-30 ਰਿਆਲ ਫੜਾਉਣੇ ਮੈਨੂੰ ਤੁਸੀਂ। ਯਾਰ ਮਿੱਠੇ 30 ਰੁਪਏ ਮੈਂ ਤੈਨੂੰ ਦੇ ਦਿੰਦਾ। ਮੈਨੂੰ ਇੱਕ ਗੱਲ ਦੱਸ, ਜਦੋਂ ਤੂੰ ਰਾਹ ਜਾਣ ਰਿਹਾ ਸੀ ਕੋਹ ਨੂਰ ਦੇ ਕੋਲ, ਤੇਰੀ ਟੂਬ ਪਾੜ ਗਈ ਸੀ ਮੋਟਰਸਾਈਕਲ ਦੀ, ਮੈਂ 60 ਰੁਪਏ ਦਿੱਤੇ ਸੀ। ਯਾਰ ਮੈਨੂੰ ਸਾਰੇ ਯਾਦ ਆ, ਲੇਕਿਨ ਉਹ ਯਾਰ ਉਹ ਨਹੀਂ ਮੰਨਦਾ, ਤੁਸੀਂ 30 ਰੁਪਏ ਦੇਣੇ ਚਾਹ ਪੀਣੀ ਕਿ ਨਹੀਂ, ਹੁਣ ਮੈਂ ਬੁਲਾਵਾਂ ਬਿਠਾਵਾਂ ਤੁਹਾਨੂੰ ਇੱਥੋਂ। ਮੈਂ ਭਾਈ, ਉਹਨਾਂ ਨੇ ਪਾਰਟਨਰਸ਼ਿਪ ਦੇ ਕੰਮ ਸ਼ੁਰੂ ਕੀਤਾ, ਇਹਨਾਂ ਨੇ ਨਹੀਂ ਅਜੇ ਰਾਤ ਕਰਨੀ। ਉਹ ਗੱਲਾਂ ਪਾਈ ਗਈਆਂ, ਚੱਲ ਤੂੰ ਭਾਈ ਤੂੰ ਚਾਹ ਲੈ, ਚਾਹ ਅਸੀਂ ਪੈਸੇ ਦਿੰਦੇ, 30-30 ਰੁਪਏ ਦਿਆਂ, ਜਾ ਚਾਹ ਲੈ। ਉਹ ਮੈਨੂੰ ਤਾਂ ਲਿਆ ਕੇ ਦੇ ਜਾ ਯਾਰ, ਤੂੰ ਉਹ ਤੇਰੀ ਸੁਹਾਗ ਰਾਤ ਆ ਸਾਜੀ। ਹਾਂ ਮਜਬੂਰ ਆ ਵਿਚਾਰੇ, ਕਸਮੇ ਕੰਮ ਹੈ ਨਹੀਂ ਬਿਲਕੁਲ ਹੀ ਉਹਨਾਂ ਕੋਲ, ਲੈਟ ਵੀ ਹੈ ਨਹੀਂ ਸਟੂਡੀਓ ਤੋਂ, ਕਹਿੰਦੇ ਐਂਡ ਵਾਲੇ ਦਿਨ ਚੱਲਣ ਦੇ ਤਨਖਾਹ ਵੀ ਨਹੀਂ ਮਿਲੀ। ਚੱਲ ਪਿਆ ਜਾ ਯਾਰ ਚਾਹ ਇੱਕ, ਕੋਈ ਨਹੀਂ ਤਿੰਨ ਚਾਹ ਪਿਆ ਦੇ, ਮਗਰੋਂ ਲਾ ਕੰਮ ਨਵੇੜ ਪਰੇ। ਉਹ ਤੈਨੂੰ ਪਤਾ ਹੀ ਆ ਉਹਨਾਂ ਦੀਆਂ ਆਦਤਾਂ, ਮੰਗ ਤਾਂ ਗਏ ਆ, ਚੱਲ ਰਹਿਣ ਦੇ ਤੂੰ। ਕੋਈ ਨੀ ਯਾਰ, ਫੇਰ ਕੀ ਅੱਲਾ ਬਰਕਤ ਪਾਉਣ ਵਾਲਾ, ਤੁਰ ਕਰਾ ਦੇ ਚਾਹ ਬਣਾ ਕੇ ਯਾਰ, ਤਿੰਨ ਚਾਹ ਬਣਾ ਬਣਾ ਕੇ। ਤਿੰਨ ਜਣੇ ਆ ਨਾ, ਮੈਂ 2 ਬਣਾ ਕੇ ਦੇਣੀ ਆ ਉਹਨਾਂ ਨੂੰ, ਕਹਿਣਾ ਅੱਧੀ ਅੱਧੀ ਕਰ, ਅਧੇ ਪਾ ਕੇ ਮੈਂ ਆਪੀ ਦੇਣ ਜਾਣਾ। ਛੱਡ ਦੇ ਜ਼ਰਾ, ਰਹਿਣ ਦੇ ਤੂੰ, ਮੈਂ ਆਪੀ ਦੇਣ ਜਾਊਂਗਾ। ਹੈਲੋ, ਚਾਹਾਂ ਤਾਂ ਪੀ ਕੇ ਤਾਂ ਨਿਕਲਣ ਦੀ ਕਰੋ ਇੱਥੇ। ਉਹ ਟ੍ਰੇ 'ਚ ਲੈ ਕੇ ਤੂੰ ਤਮੀਜ਼ ਹੈ ਨਹੀਂ, ਅਸੀਂ ਤੈਨੂੰ ਪੈਸੇ ਨਹੀਂ ਦੇਣੇ।
ਲੱਡੂ ਟੈਪ ਓਏ ਕੈਸਾ ਨਸ਼ਈ ਸਾਂਢੂ ਹੁੰਦਾ ਵਾ ਜਾ ਤੈਨੂੰ ਕਿਹਾ ਮੈਂ ਟ੍ਰੇਚ ਲਿਆ ਓਏ ਛੜਿਆ ਲੱਡੂ ਹੁੰਦਾ ਓ ਭਾਈ ਚੇਂਜ ਲੈ ਕੇ ਚੁੱਪ ਅੱਛਾ ਮੈਂ ਬਸ ਟ੍ਰੇਚ ਦੇਖੇ ਨਾ ਇਹ ਦਬਕਾ ਲੱਗਦਾ ਹੁੰਦਾ ਤੁਹਾਨੂੰ ਖਾਣ ਪੀਣ ਦਾ ਨਹੀਂ ਪਤਾ ਆ ਦੇਖੀ ਹੁਣ ਚਾਹ ਆਉਂਦੀ ਜ਼ਰਾ ਹਲ ਫੜ ਹਾਂ ਇਹ ਕੀ ਇਹਨੇ ਆਪ ਹੀ ਗਿਆ ਟ੍ਰੇਚ ਲੈ ਕੇ ਆ ਓ ਕੱਪ ਵੀ ਰੱਖ ਆ ਕੱਪ ਕੰਮ ਦੇ ਲਾ ਦੇ ਓਏ ਅਕਲਕਾਰਾਂ ਨੂੰ ਕੱਪ ਚ ਪਾ ਕੇ ਲਿਆ ਉੱਥੇ ਜਾ ਕੇ ਤਰੀਕੇ ਨੇ ਪਹਿਲੇ ਮੈਂ ਕੱਪ ਚ ਪਾ ਕੇ ਲਿਆਇਆ ਤੇ ਸੀਗਾ ਓ ਕੱਪ ਟ੍ਰੇਚ ਰੱਖ ਤੂੰ ਸਾਰੀ ਚਾਹ ਟ੍ਰੇਚ ਪਾ ਲਿਆ ਤੇਰੇ ਵਰਗੇ ਨਾ ਊਂਠ ਜਿਹੜੇ ਉਹ ਕਾਰਾਂ ਦੇ ਅੱਗੇ ਨਾ ਐ ਲਾਏ ਹੁੰਦੇ ਨੇ ਜਿਹੜੇ ਹਿੱਲਦੇ ਰਹਿੰਦੇ ਨੇ ਚੱਲ ਜਾ ਮੈਂ ਦੇਖ ਉਹਨਾਂ ਸਤਾਂ ਤੇ ਨਾ ਖੁਝਾਉਂਦੇ ਆ ਉਹ ਡਿਸਪੋਜ਼ੀਬਲ ਚ ਲਿਆ ਉਹ ਲਿਆ ਦੇਣਾ ਡਿਸਪੋਜ਼ੀਬਲ ਕੈਂਸਰ ਆ ਤੈਨੂੰ ਡਿਸਪੋਜ਼ੀਬਲ ਤੇਰੀਆਂ ਚਾਹ ਸੋਹਣੇ ਆ ਇੱਕ ਮਿੰਟ ਓਏ ਤੱਕ ਗਿਰ ਗਈਆਂ ਸਾਧ ਮੈਨੂੰ ਲੱਗਦਾ ਨੀ ਕਿ ਆਪਾਂ ਬਹੁਤੀ ਦੇਰ ਕੰਮ ਕਰ ਸਕਾਂਗੇ ਤੂੰ ਮੇਰਾ ਯਾਰ ਮੇਰਾ 15,000 ਮੋੜ ਦੇ ਚੀਨੀ ਤੇ ਚੈੱਕ ਕਰ ਲੈਣ ਦੇ ਤੂੰ ਮੇਰਾ 15,000 ਮੋੜ ਦੇ ਨਹੀਂ ਪਾਉਂਦੇ ਚੀਨੀ ਚੀਨੀ ਵੀ ਦੋ ਨੰਬਰ ਆਉਂਦੇ ਮਿੱਠੇ ਚੀਨੀ ਨਹੀਂ ਯਾਰ ਮਦਨ ਦੇ ਯਾਰ ਕੀ ਕਰਨ ਡਿਆ ਆ ਹੁਣ ਚੈੱਕ ਕਰ ਚੀਨੀ ਤੋਂ ਉੱਚ ਪਾਈ ਜਾਂਦਾ ਚੈੱਕ ਤੂੰ ਇੱਚੋ ਕਰੀ ਜਾਂਦਾ ਵਾ ਤਦ ਬਹੁਤ ਤੇਜ਼ ਪੈ ਗਈ ਚੀਨੀ ਫੁੱਲ ਜੁੜੇ ਆਹੋ ਦੇ ਪਾ ਕੇ ਉਹਨੂੰ ਮੈਂ ਦੇ ਕੇ ਆਵਾਂ ਤੂੰ ਵਾਪਸ ਆ ਫਿਰ ਮੈਂ ਆਪਣੇ ਵੀਰ ਨੂੰ ਚਾਹ ਬਣਾ ਕੇ ਦਊਂਗਾ ਮਿੱਠੇ ਮੇਰੀ ਗੱਲ ਸੁਣ ਮੇਰੇ ਤੂੰ ਹੁਣ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੇਂ ਕਿ ਕੁਛ ਨਾ ਕੁਛ ਲੈ ਕੇ ਆਵੇ ਉਹਨਾਂ ਕੋਲ ਪੈਸੇ ਯਾਰ ਉਹਨਾਂ ਕੋਲ ਲੈਣੇ ਪੈਸੇ ਸਤਦ ਨਾਲ ਮਾਲ ਤੂੰ ਕਹਿਣ ਰਿਹਾ ਕਿ ਉਹਨਾਂ ਕੋਲ ਪੈਸੇ ਨਹੀਂ ਹੈ ਮਗਰੋਂ ਲਾਈਦਾ ਹੁੰਦਾ ਇਦਾਂ ਨਾ ਕਰ ਮਗਰੋਂ ਲਾਈਦਾ ਹੁੰਦਾ ਮਗਰੋਂ ਨਹੀਂ ਲਾਣੇ ਲੂਣੇ ਹੈਗੇ ਤੂੰ ਆ ਤੁਹਾਨੂੰ ਤਮੀਜ਼ ਹੈ ਨਹੀਂ ਚਾਹ ਚੂ ਕਿੱਦਾਂ ਪੜਾਈ ਦੀ ਕਿਸੇ ਨੂੰ ਉਹ ਬਹਿ ਜਾ ਤੂੰ ਕਿੱਧਰ ਥੱਲੇ ਮੈਂ ਨਹੀਂ ਤੇ ਸਵੀਮਿੰਗ ਪੂਲ ਤੇ ਚਾਹ ਪੀਣ ਆਏ ਅਸੀਂ ਤੈਨੂੰ ਤਮੀਜ਼ ਨਹੀਂ ਆਵੀ ਕਿੱਦਾਂ ਬਾਈ ਦਾ ਤਮੀਜ਼ ਕਿ ਤੂੰ ਚਾਹ ਸਹੀ ਕਿੱਟੇ ਆ ਤੇ ਤੈਨੂੰ ਪਤਾ ਨਹੀਂ ਮੈਂ ਚਾਹ ਲੈ ਕੇ ਆਉਂਦੇ ਪਤਾ ਲੈ ਇੱਕ ਮਿੰਟ ਉਲਟਾ ਚੱਲ ਪਰਿਆ ਓਏ ਮੈਂ ਤੈਨੂੰ ਕਹਿਣ ਦੇ ਮੈਂ ਮਾਰ ਕੇ ਮਾਰ ਗੱਲ ਤੂੰ ਚੁੱਪ ਉਲਟਾ ਚੋਰ ਬਗਿਆੜ ਕੋ ਡਾਂਟੇ ਇਹ ਕਿਹੜੀ ਗੱਲ ਕੀਤੀ ਤੂੰ ਓਏ ਖੁਸਰਿਆਂ ਦੇ ਬਾਹੂ ਬਲੀ ਓਏ ਖੁਸਰਿਆਂ ਦੇ ਛਲੇ ਕਰਾਉਣ ਵਾਲਿਆ ਅੱਲਾ ਮੈਂ ਤੇਰੇ ਇੱਕ ਵਾਰੀ ਕਰਾ ਕੇ ਦਿੱਤਾ ਤੂੰ ਗੱਲ ਹੀ ਬਣਾ ਲਈ ਯਾਰ ਤੈਨੂੰ ਜ਼ਰਾ ਤਮੀਜ਼ ਨਹੀਂ ਹੈ ਤੁਸੀਂ ਭੇਂਤ ਦਾ ਗਾਹਕ ਤੁਹਾਡਾ ਆਇਆ ਦੇ ਤੋਟਾ ਏ ਬੜਾ ਕਿਤੇ ਓਏ ਬੱਚ ਓਏ ਚੀਨੀ ਤੇ ਬੋਰੀ ਜਾਈ ਭੇਂਤੀ ਹੱਥ ਨਹੀਂ ਲਾਉਣਾ ਕਿਸੇ ਨੇ ਹੋਰ ਚਾਹ ਬਣਾ ਕੇ ਲਿਆਓ ਹੋਰ ਚਾਹ ਬਣਾ ਕੇ ਲਿਆਓ ਪੱਤੀ ਦਾ ਤੇਜ਼ ਪਾਇਓ ਮੈਨੂੰ ਇੱਕ ਗੱਲ ਦੱਸ ਤੈਨੂੰ ਕਾਹਤੋਂ ਦੱਸਾਂ ਸਾਰਾ ਮੇਰਾ ਤੇ ਤੈਨੂੰ ਕਾਹਤੋਂ ਦੱਸਾਂ ਚੱਲ ਤੁਹਾਡੇ ਕੋਲ ਭਜਾ ਦੇ ਮੇਰਾ ਦਿਮਾਗ ਖਰਾਬ ਹੋਣ ਰਿਹਾ ਤੈਨੂੰ ਤੇਰੀ ਮੇਰਾ ਪਤਾ ਨਹੀਂ ਕਦੋਂ ਹੋਣਾ ਵਾ ਦਿਮਾਗ ਖਰਾਬ ਇਹ ਤਾਂ ਬਚਪਨ ਤੋਂ ਸੁਣਦਾ ਆ ਰਿਹਾ ਇੱਕ ਵਾਰੀ ਨਹੀਂ ਵੇਖਿਆ ਤੂੰ ਦੇ ਮੇਰਾ 15,000 ਦੇ ਮੈਂ ਜਾਵਾਂ ਘਰ 15,000 8,000 ਰੁਪਈਆ ਵਾ ਜੇ 50% ਤੇ ਨਹੀਂ ਆਪਾਂ ਹਾਂ ਅੱਧੋ ਅੱਧ ਆਹੋ ਤੇ 30,000 ਦਾ ਤੇ ਕਿੰਨਾ ਹੁੰਦਾ 15 ਤੇ ਦੇ ਮੇਰਾ 15 ਮੈਂ ਜਾਵਾਂ ਹੈਲੋ ਅਸੀਂ ਤੁਹਾਨੂੰ 60 ਰੁਪਏ ਦੇਣੇ ਆ ਸਾਡਾ ਮੁੰਡਾ ਕਲੀਨ ਚੂਸ ਲੈਂਦਾ ਯਾਰ ਫਿੱਲੇ ਮੁੰਡੇ ਰਾ ਉਹ ਗੋਗਲ ਕਰ ਉਹਨੇ ਤੈਨੂੰ ਬੁਲਾਉਂਦੇ ਸਤਾ ਜਾ ਇੱਕ ਵਾਰੀ ਗੱਲ ਸੁਣਿਆ ਹਾਂ ਫੇਰ ਸੀ ਓਏ ਐਵੇਂ ਇਹਨੇ ਮੇਰੇ ਕੋ ਕੋਟੋ ਕੋਟ ਖਾ ਲੈਣੀ ਤੈਨੂੰ ਪਤਾ ਮਿੱਠੇ ਤੋਂ ਮੈਂ ਅੱਗੇ ਬੜਾ ਖਿੱਚਦਾ ਵਾਂ ਡਰ ਜਾ ਉੱਥੋਂ ਨਾ ਉਹ ਕਾਫੀ ਲੈ ਗਿਆ ਬਲ ਕਿਹੜੀ ਕਾਪੀ ਚੀਨੋ ਲੈ ਗਿਆ ਤੇ ਕਾਪੀ ਚੀਨੋ ਲੈ ਗਿਆ ਤੇ ਨਾਲੇ ਨਾ ਕਿਹੜੀ 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 ਕਾਪੀ ਚੀਨੋ ਇਹ ਨਾ ਕਿੱਥੋਂ ਸੁਣਿਆ ਜੀ ਆ ਪਿਛਲੀ ਗਲੀ 'ਚ ਮੁੰਡੇ ਨੇ ਲਾਈ ਆ ਕਾਪੀ ਚੀਨੋ ਨਾਲ ਇੱਕ ਤਜ਼ਾਬ ਦੀ ਬੋਤਲ ਲਾਇਆ ਨਾ ਦੋਵਾਂ ਤੇ ਸੁੱਟ ਦੇ ਪ੍ਰੋਫੈਸਰ ਸਾਹਿਬ ਮੈਨੂੰ ਦੱਸੋ ਜਦੋਂ ਅੱਲਾ ਨੇ ਤੁਹਾਨੂੰ ਰਿਜ਼ਕ ਲਾਇਆ ਤੁਹਾਡਾ ਅੱਡਾ ਲਾਇਆ ਨਾ ਤੁਸੀਂ ਉੱਥੇ ਕੰਮ ਕਰਨ ਜੋਗੇ ਰਹੇ ਨਾ ਇੱਥੇ ਕੰਮ ਕਰਨ ਜੋਗੇ ਰਹੇ ਇਹ ਤੁਸੀਂ ਹਰਕਤਾਂ ਕਰਕੇ ਗਾਹਕ ਆਪਣੇ ਨਸਾਣ ਦੇ ਤੂੰ ਵੇਖ ਲੈ ਨਾ ਅੱਲਾ ਨੇ ਸਾਡਾ ਰਿਜ਼ਕ ਲਾਇਆ ਤੁਸੀਂ ਕੌਣ ਵੀ ਆ ਗਏ ਹੈ ਮਾਸ਼ਾਅੱਲਾ ਤੂੰ ਮਤਲਬ ਸਿਰ ਤੇ ਚੁੰਨੀ ਜੀ ਲੈ ਕੇ ਤੂੰ ਫੁੱਫੋ ਜੀ ਬਣ ਕੇ ਤੂੰ ਇੱਥੇ ਚਾਹ ਬਣਾਉਣ ਲੱਗ ਪਿਆ ਵਾ ਦਫ਼ਤਰ ਦੇ ਵਿੱਚ ਤੁਹਾਨੂੰ ਉਦੋਂ ਕੰਮ ਨਹੀਂ ਸੀ ਆਉਂਦਾ ਹੈਗਾ ਅਬ ਤੂੰ ਪੈਸੇ ਦੇ ਹਸਾਨ ਹੈ ਗੱਲ ਤੇਰਾ ਹਲੇ ਵੀ ਉਹੀ ਤਰ੍ਹਾਂ ਤੂੰ ਸਾਨੂੰ ਪੜਾਇਆ ਕੀ ਪੈਸੇ ਮੰਗੇ ਨੇ ਤੇਰੇ ਚਾਹਾਂ ਉੱਤੇ ਰੋੜੀਆਂ ਨੇ ਯਾਰ ਫਿਰ ਮੈਂ ਤੇਰੇ ਡੋਲਣ ਦੇ ਨਾਲ ਤੁਹਾਡੇ ਪਿਆਉਣ ਦੇ ਇਹਨੇ ਕਿਹੜੇ ਤੁਸੀਂ ਡੋਲਣ ਦੇ ਉਹਦੇ ਪੈਸੇ ਸੀ ਤੁਹਾਨੂੰ ਦਈਏ ਉਧਰੋਂ ਬਣ ਕੇ ਆ ਗਈ ਆ ਦੁਕਾਨ ਚੋਂ ਡਿਲੀਵਰੀ ਨਿਕਲ ਗਈ ਆ ਪਾਰਸਲ ਹੋ ਗਿਆ ਤੁਹਾਨੂੰ ਚਾਹ ਤੁਹਾਡੇ ਸਿਰ ਪੈ ਗਈ ਆ ਤੂੰ ਇਦਾਂ ਕਰ ਖੁੱਲੇ ਹੱਥ ਚਾਹ ਬਣਾ ਜਿਹੜੀ ਚਾਹ ਵਾਲੇ ਨਹਿਰਾਂ ਨਾਲ ਉਹਦੇ ਚ ਪੱਤੀ ਸੁੱਟਦੇ ਹੈ ਇੱਕ ਵਾਰ ਇਹਨਾਂ ਕੰਮ ਹੋਣੇ ਲੈ ਤੈਨੂੰ ਖੁੱਲੇ ਹੱਥ ਲੈ ਕੇ ਆਉਂ ਜਾ ਖੁੱਲੇ ਹੱਥ ਲੈ ਆਉਂਗਾ ਤੈਨੂੰ ਪਤਾ ਹੀ ਉਹਦੀਆਂ ਹਰਕਤ ਓਏ ਇੱਕ ਮਿੰਟ ਓਏ ਓਏ ਬਣ ਗਿਆ ਪਰੇ ਓਏ ਇੱਕ ਮਿੰਟ ਓਏ ਮੈਂ ਪੀ ਲਈ ਮੈਂ ਯਾਰ ਇੱਕ ਚਾਹ ਮੇਰੇ ਲਈ ਹੋਰ ਪਿਆਸ ਇਹਨੂੰ ਨਹੀਂ ਮੈਂ ਪੀ ਲਈ ਆ ਪੀ ਲਈ ਆ ਪਿਆ ਯਾਰ ਤੂੰ ਪੀਣੀ ਨਹੀਂ ਐਵੇਂ ਪੀ ਲਈ ਮੈਂ ਚਾਹ ਪਿਆ ਅੰਗੜ ਕੀ ਲੈਣ ਚਾਹ ਪਿਆ ਜੇ ਪਿਓ ਦਾ ਪੈਸੇ ਤਾਂ ਫੜਾ ਪੜੇਗੇ ਯਾਰ ਜਿੰਨੀ ਪੀਣੀ ਪੀ ਲਓ ਮੁੜ ਕੇ ਮੈਂ ਤਰੌਂਕਣੀ ਵੀ ਆ ਯਾਰ ਆ ਲੈ ਉਹਦੀ ਸੁਣ ਮੈਂ ਕਿਹੜੀ ਚਾਹ ਵਾ ਤੂੰ ਮਿੱਟੀ ਪਾਉਣ ਵਾਲੀ ਚਾਹ ਕਿਦੋਂ ਤਾਂ ਹੰਗਾਲ ਵਾ ਇਹ ਲਾਲ ਪੰਪ ਤੋਂ ਚਾਹ ਬਣਾਉਣਾ ਤੂੰ ਚਾਹ ਮਿੱਠਿਆ ਪਿਓ ਦਾ ਪੁੱਤਰ ਇੱਕ ਹੋਰ ਚਾਹ ਪਿਆ ਮੈਂ ਤੇਰੇ ਇੱਕ ਛੜਵੀਂ ਪਿਆ ਦੇਣੀ ਓਏ ਪਿਓ ਦੀ ਗੱਲ ਨਾ ਕਰੀ ਓਏ ਪਿਓ ਦਾ ਪੁੱਤਰ ਹੈ ਜਿਹੜੇ ਸਕੇ ਪਿਓ ਦੀ ਔਲਾਦ ਪਿਆ ਚਾਹ ਇਹਨੂੰ ਅੱਜ ਜਾ ਪਲਾ ਕੇ ਆ ਪਿਓ ਦਾ ਕਹਿਤਾ ਉਹਨੇ ਤੈਨੂੰ ਯਾਰ ਜੇ ਪਿਓ ਦਾ ਪੁੱਤਰ ਹੈ ਤਾਂ ਪਿਆ ਚੱਲ ਪਲਾ ਫਿਰ ਤੜਾ ਪੰਜ ਜਾਵਾ ਹੋ ਗਈ ਕੈਸਾ ਸਟਾਲ ਭੇਜਦੇ ਹੀ
ਆਇਜ ਸਾਡਾ ਚੇਲਾ ਕਰਮ ਕੈਸੇ ਖਜਾਏ ਕੈਸੇ ਚੰਗਾ ਕੀਤਾ ਇਹਦੇ ਨਾਲ ਇੰਜ ਹੀ ਕਰਨਾ ਇਧਰ ਮੇਰੀ ਗੱਲ ਸੁਣੋ ਉਹ ਜਿਹੜਾ ਸਾਡੇ ਮਹਿਮਾਨ ਨਾਲ ਤੁਸੀਂ ਹਰਕਤ ਕੀਤੀ ਆ ਅਸੀਂ ਅੱਲਾ ਵਾਸਤੇ ਪੈਸੇ ਦੇਣੇ ਸੀ ਇਹਨੇ ਮੈਨੂੰ ਕਿਹਾ ਕਹਿੰਦਾ ਉਹਨੇ ਮੁਫਤ ਚਾਹ ਪੀਣੀ ਅੱਲਾ ਵਾਸਤੇ ਯਾਰ ਕੀ ਬਦਤਮੀਜ਼ ਕੀਤੀ ਤੁਸੀਂ ਉਹਦੇ ਨਾਲ ਯਾਰ ਸਾਰੇ ਮਹਿਮਾਨ ਇਧਰ ਆ ਕਿਧਰ ਟੈਪ ਇਧਰ ਆ ਇਧਰ ਆ ਜਾ ਕੰਪਲੇਨ ਲੈ ਕੇ ਉਹ ਲੱਡੂ ਟੈਪ ਇਧਰ ਤੁਸੀਂ ਆ ਜਿਹੜੀ ਹਰਕਤ ਕੀਤੀ ਆ ਕੰਪਲੇਨ ਤੁਹਾਡੇ ਕੋਲ ਲੈ ਕੇ ਅਸੀਂ ਆਏ ਆ ਕੰਪਲੇਨ ਲੈ ਕੇ ਆਏ ਆ ਤੇ ਯਾਰ ਕੰਪਲੇਨ ਤੁਸੀਂ ਲੈ ਕੇ ਤੁਸੀਂ ਕੰਪਲੇਨ ਲਿਖ ਕੇ ਬਕਾਇਦਾ ਸਾਡੇ ਪਿੱਛੇ ਕੰਪਲੇਨ ਬਾਕਸ ਬਣਿਆ ਉਹਦੇ ਚ ਪਾਓ ਉਹ ਤੇ ਤੁਸੀਂ ਪਹਿਲਾਂ ਟਵਿਸ਼ਨ ਸੈਂਟਰ ਤੋਂ ਚਾਹ ਬਣਾਉਣੀ ਸਿੱਖ ਹੀ ਲੈਂਦੇ ਆ ਆਪਾਂ ਦੋਵੇਂ ਭਾਈਵਾਲ ਆ ਨਾ ਆਦਾ ਤੇ ਆ ਤੇ ਅੱਧਾ ਮੈਨੂੰ ਵੀ ਕਹਿਣ ਦਿਆ ਕਰ ਚਾਹੇ 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 ਤੂੰ ਵੀ ਨਾਲ ਗਈ ਚਾਹੇ ਚਾਹੇ ਕਹਿਣ ਦਾ ਮਤਲਬ ਰਿਜ਼ਲਟ ਬਰਕਤ ਪੈਂਦੀ ਆ ਉਹ ਮੇਰੀ ਗੱਲ ਸੁਣੋ ਚਾਹੇ ਚਾਹੇ ਜਦੋਂ ਬਾਰਿਸ਼ ਪੈਂਦੀ ਨਾ ਤੁਸੀਂ ਉਹਦੇ ਚ ਵੀ ਸਾਰੇ ਰਲ ਮਿਲ ਕੇ ਨਾ ਨਹਾ ਧੋ ਕੇ ਤੇ ਉਹਨੂੰ ਚਾਹੇ ਚਾਹੇ ਕਹਿ ਲੈਂਦੇ ਹੋ ਮੇਰੀ ਗੱਲ ਸੁਣੋ ਜਿਵੇਂ ਤੁਸੀਂ ਆਪਣੇ ਬੱਚਿਆਂ ਦਾ ਰਿਜ਼ਕ ਹਲਾਲ ਕਰਨਾ ਸੀ ਹਰਾਮ ਕਰਨ ਦੇ ਹੋ ਉਹ ਸਾਡਾ ਮਹਿਮਾਨ ਆਇਆ ਉਹ ਮਾਸ਼ਾਅੱਲਾ ਵੇਖੋ ਜਿਵੇਂ ਅਸੀਂ ਭੇਡੂ ਰੰਗ ਕਰਾ ਕੇ ਲਿਆਂਦਾ ਤੁਸੀਂ ਉਹਦਾ ਸਾਰਾ ਤੁਸੀਂ ਹੁਲੀਆ ਵਿਗਾੜ ਕੇ ਰੱਖਤਾ ਉਹ ਭਾਈ ਸਾਡਾ ਮਹਿਮਾਨ ਦੇ ਦੁੰਬੇ ਦੀ ਚੱਕੀ ਵਰਗਾ ਮੂੰਹ ਕਰਤਾ ਉਹ ਗੱਲ ਸੁਣੋ ਯਾਰ ਮਹਿਮਾਨ ਦਾ ਬੁਰਾ ਹਾਲ ਕੀਤਾ ਚਾਹੇ 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 ਨਹੀਂ ਉਹਦੇ ਕੱਪੜੇ ਸਾਫ਼ ਕਰਵਾ ਧੁਆ ਕੇ ਦਿਓ ਯਾਰ ਕੱਪੜੇ ਸਾਫ਼ ਕਰਾ ਦੇ ਧੁਆ ਰਿਹਾ ਚਾਹੇ 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 ਉਹ ਤੈਨੂੰ ਕਹਿਣਾ ਕੱਪੜੇ ਧੁਆ ਕੇ ਦਿਓ ਉਹਨਾਂ ਦੇ ਓਏ ਉਹ ਕੀ ਉਹ ਤੁਹਾਡੀ